ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ 12 11 2023 ਦੇ ਵਿੱਚ ਹੀ ਇੱਕ ਹੋਰ ਨੋਟੀਫਿਕੇਸ਼ਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਜਾਰੀ ਕਰ ਦਿੱਤਾ ਹੈ ਲੱਗਦਾ ਹੈ ਕਿ ਉਹਨਾਂ ਤੱਕ ਕੋਈ ਮੈਸੇਜ ਪਹੁੰਚੇ ਨੇ ਵਿਦਿਆਰਥੀਆਂ ਦੇ ਕਿ ਜਿਨ੍ਹਾਂ ਨੇ ਦੋ ਪੇਪਰ ਭਰੇ ਨੋ ਕੀ ਕਾਰਨ ਹੁਣ ਇੱਕ ਨੋਟੀਫਿਕੇਸ਼ਨ ਤਾਂ ਜਾਰੀ ਹੋ ਚੁੱਕਾ ਹੈ ਪਰ ਹਜੇ ਵੀ ਸਮੱਸਿਆ ਜਿਹੜੀ ਹੈਗੀ ਆ ਉਹ ਅੱਧੀ ਅੱਧੀ ਹੱਲ ਹੋਈ ਹੈ ਤੇ ਅੱਧੀ ਹੱਲ ਨਹੀਂ ਹੋਈ ਉਹਦਾ ਕਾਰਨ ਕੀ ਹੈ ਕਿ ਜਿਵੇਂ ਇਹਨਾਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਲਿਖਿਆ ਹੈਗਾ ਵੀ ਜਿਹੜੀ ਸੇਮ ਪੋਸਟ ਦੇ ਲਈ ਤੁਸੀਂ ਦੋ ਡਿਪਾਰਟਮੈਂਟ ਚ ਵੱਖ-ਵੱਖ ਅਪਲਾਈ ਕੀਤਾ ਸੀ ਤਾਂ ਤੁਹਾਨੂੰ ਇੱਕ ਪੇਪਰ ਦੇ ਵਿੱਚ ਹੀ ਦੋਨਾਂ ਲਈ ਕੰਸੀਡਰ ਕੀਤਾ ਜਾਵੇਗਾ ਉਦਾਹਰਨ ਦੇ ਤੌਰ ਤੇ ਜੇ ਕਿਸੇ ਵਿਦਿਆਰਥੀ ਨੇ ਜਾਂ ਕਿਸੇ ਸਟਾਫ ਨਰਸ ਨੇ ਮਤਲਬ ਅਪਲਾਈ ਕੀਤਾ ਹੈ ਡੀ ਆਰ ਐਮ ای ਦੇ ਅੰਡਰ ਤੇ ਨਾਲ ਹੀ ਅਪਲਾਈ ਕੀਤਾ ਹੈ ਪੰਜਾਬ ਗਵਰਨਮੈਂਟ ਦੇ ਹਸਪੀਟਲ ਦੇ ਅੰਦਰ ਤਾਂ ਤੁਸੀ ਇੱਕ ਪੇਪਰ ਦੋਗੇ ਤਾਂ ਦੋਨਾਂ ਚ ਕਨਸਿਡਰ ਹੋ ਜਾਓਗੇ ਸੇਮ ਟਾਈਮ ਦੇ ਉੱਪਰ ਇੱਕ ਹੀ ਪੇਪਰ ਦੇ ਕੇ ਦੋਨਾਂ ਵਿੱਚ ਤੁਹਾਨੂੰ ਵਿਚਾਰਿਆ ਜਾਵੇਗਾ ਸੇਮ ਅੰਕਾਂ ਦੇ ਆਧਾਰ ਤੇ ਪਰ ਹੁਣ ਗੱਲ ਆਉਂਦੀ ਹੈ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੀ ਵਿਦਿਆਕ ਯੋਗਤਾ ਦੇ ਆਧਾਰ ਤੇ ਉੱਪਰ ਦੋ ਵੱਖ-ਵੱਖ ਪੋਸਟਾਂ ਦੇ ਲਈ ਅਪਲਾਈ ਕੀਤਾ ਜਿਵੇਂ ਕਿ ਕੁਝ ਵਿਦਿਆਰਥੀ ਨੇ ਜਿਨ੍ਹਾਂ ਨੇ ਐਮਪੀਐਚ ਡਬਲਯੂ ਲਈ ਅਪਲਾਈ ਕੀਤਾ ਹੋਇਆ ਤੇ ਨਾਲ ਹੀ ਉਹਨਾਂ ਨੇ ਜਰਨਲਿਜ਼ਮ ਦਾ ਡਿਪਲੋਮਾ ਕੀਤਾ ਹੋਇਆ ਸੋ ਇਸ ਲਈ ਉਹਨਾਂ ਨੇ ਬਲਾਕ ਐਕਸਟੈਂਸ਼ਨ ਐਜੂਕੇਟਰ ਦੀ ਪੋਸਟ ਲਈ ਵੀ ਅਪਲਾਈ ਕੀਤਾ ਹੋਇਆ ਹੈ ਤਾਂ ਉਹਨਾਂ ਵਿਦਿਆਰਥੀਆਂ ਦਾ ਜਿਹੜਾ ਹਾਲਾਓ ਹਜੇ ਵੀ ਨਹੀਂ ਹੋਇਆ ਤਾਂ ਉਹ ਇੱਕ ਪੇਪਰ ਦੇ ਆਧਾਰ ਤੇ ਦੋਸ ਕਨਸਿਡਰ ਰਹੀ ਵੀ ਕੀਤਾ ਜਾ ਸਕਦੇ ਸੋ ਇਹਨਾਂ ਕੇਸਾਂ ਵਿੱਚ ਚਾਹੀਦਾ ਕਿ ਹਰ ਪੋਸਟ ਦੇ ਲਈ ਜਿਹੜਾ ਹੈਗਾਗਾ ਘੱਟੋ-ਘੱਟ ਇੱਕ ਹਫ਼ਤੇ ਦੇ ਗੈਪ ਨਾਲ ਜਿਹੜੀ ਡੇਟ ਉਹ ਘੋਸ਼ਿਤ ਕੀਤੀ ਜਾ ਸਕਦੀ ਸੀ ਯੂਨੀਵਰਸਿਟੀ ਦੁਆਰਾ ਠੀਕ ਹੈ ਕਿਉਂਕਿ ਯੂਨੀਵਰਸਿਟੀ ਨੂੰ ਜਾਂ ਤਾਂ ਫਿਰ ਚਾਹੀਦਾ ਕਿ ਕੱਲੇ-ਕੱਲੇ ਰੋਲ ਨੰਬਰ ਨੂੰ ਦੇਖ ਲੈ ਵੀ ਉਹ ਹੀ ਕੈਂਡੀਡੇਟ ਨੇ ਕਿੱਥੇ-ਕਿੱਥੇ ਹੋਰ ਅਪਲਾਈ ਕੀਤਾ ਹੋਇਆ ਹੈ ਜੇ ਨਹੀਂ ਇਹ ਪੋਸੀਬਲ ਹੈਗਾ ਤਾਂ ਇਹ ਸੀਗਾ ਕਿ ਹਰ ਪੋਸਟ ਦੇ ਲਈ ਡਿਫਰੈਂਟ ਜਿਹੜਾ ਐਗਜ਼ਾਮ ਆਉਂ ਉਹ ਡਿਫਰੈਂਟ ਡੇਟ ਸੋ ਹਜੇ ਵੀ ਕੁਝ ਦਿਨ ਪਏ ਨੇ ਉਮੀਦ ਕਰਦੇ ਆਂ ਵੀ ਯੂਨੀਵਰਸਿਟੀ ਜਿਹੜੀ ਹੈਗੀ ਕੋਈ ਚੰਗਾ ਡਿਸੀਜਨ ਲੈ ਕੇ ਇਹਨਾਂ ਪੇਪਰਾਂ ਨੂੰ ਡਿਫਰੈਂਟ ਕਰ ਦੇਵੇ ਤੇ ਨਾਲ ਹੀ ਇੱਕ ਡਿਟੇਲ ਵੀ ਦੇਵੇ ਵੀ ਪੀਪੀ ਪੇਪਰ ਹੋਵੇਗਾ ਕਾਹਦਾ ਜਿਵੇਂ ਲਾਇਬ੍ਰੇਰੀ ਦੀ ਉਦਾਹਰਨ ਆਪਾਂ ਪਹਿਲੇ ਵੀਡੀਓ ਚ ਵੀ ਲੈ ਚੁੱਕੇ ਆ ਕਿ ਲਾਇਬ੍ਰੇਰੀ ਦਾ ਪੇਪਰ ਹੋ ਸਿਰਫ 1 ਘੰਟੇ ਤੱਕ ਰੱਖਿਆ ਗਿਆ ਤਾਂ ਉਹਨੇ ਸਮਝ ਤੋਂ ਬਾਹਰ ਵੀ 1 ਘੰਟੇ ਚ ਪੰਜਾਬੀ ਦਾ ਹੋਵੇਗਾ ਜਾਂ ਸਾਰਾ ਹੋਵੇਗਾ ਜੇ ਪੰਜਾਬੀ ਹੋਵੇਗਾ ਤਾਂ ਅੱਧੇ ਘੰਟੇ ਵਿੱਚ ਮੇਨ ਪੇਪਰ ਦੇ ਵਿੱਚ ਕੀ ਆਵੇਗਾ ਤਈ ਹਾਈ ਤੱਕ ਕੁਝ ਵੀ ਕਲੀਅਰ ਨਹੀਂ ਹੈਗਾ ਇਸੇ ਤਰ੍ਹਾਂ ਬਾਕੀ ਬੱਚੇ ਵੀ ਜਿਹੜੇ ਹੈਗੇ ਨੇ ਉਹ ਅਜੇ ਤੱਕ ਕਨਫਿਊਜ਼ਨ 'ਚ ਨੇ ਬਲੌਕ ਐਕਸਟਰੈਸ਼ਨ ਐਜੂਕੇਸ਼ਨ ਵਾਲੇ ਵੀ ਖਾਸ ਕਰਕੇ ਕਿ ਪੇਪਰ ਕੱਲਾ ਪੰਜਾਬੀ ਦਾ ਹੋਣਾ ਜਾਂ ਮੇਨ ਵੀ ਹੋਣਾ ਤੇ ਜੇ ਕੱਲਾ ਪੰਜਾਬੀ ਦਾ ਹੋਣਾ ਤਾਂ ਫਿਰ ਮੇਨ ਕਿੰਨੇ ਦਿਨ ਬਾਅਦ ਹੋਵੇਗਾ ਕਿੱਥੇ ਹੋਵੇਗਾ ਸੋ ਇਹ ਸਾਰੇ ਜਿਹੜੇ ਪਾਰਦਰਸ਼ੀ ਉੱਤਰ ਨੇ ਇਹੋ ਯੂਨੀਵਰਸਿਟੀ ਦੁਆਰਾ ਇੱਕ ਚੰਗੀ ਨੋਟੀਫਿਕੇਸ਼ਨ ਦੇ ਰਾਹੀਂ ਦੇਲੇ ਚਾਹੀਦੇ ਨੇ ਤਾਂ ਕਿ ਹਰ ਇੱਕ ਦੀ ਕਨਫਿਊਜ਼ਨ ਦੂਰ ਹੋ ਜਾਵੇ ਤੇ ਉਹ ਆਪਣੀ ਤਿਆਰੀ ਵੀ ਦੁਰਸਤ ਕਰ ਸਕਣ ਉਮੀਦ ਕਰਦਾ ਹਾਂ ਜਾਣਕਾਰੀ ਤੁਹਾਨੂੰ ਪਸੰਦ ਆਵੇਗੀ ਥੈਂਕ ਯੂ ਥੈਂਕਸ ਫॉर ਵਾਚਿੰਗ